ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਡਾਲਾ ਚੱਕ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਰਣਜੀਤ ਭਾਅ ਜੀ ਉਹਨਾਂ ਕੋਲ ਆਪਾਂ ਆਏ ਹਾਂ ਅਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਜੀ ਉਹਨਾਂ ਕੋਲ ਵੀਡੀਓ ਬਣਾਉਣ ਲੱਗੇ ਹਾਂ। ਕਿਉਂਕਿ ਵੀਰ ਜੀ ਉਹਨਾਂ ਦਾ ਗੁੜ ਦਾ ਕੰਮ ਵੀ ਆ ਅਤੇ ਰੀਪਰਾਂ ਦਾ ਕੰਮ ਵੀ ਆ ਅਤੇ ਮਸ਼ੀਨਾਂ ਵੀ ਆ, ਕੰਪੈਨਾਂ ਵੀ ਆ ਜਿਹੜੀਆਂ, ਉਹ ਸਾਰੇ ਸੀਜ਼ਨਾਂ ਤੋਂ ਹੁਣ ਵਿਹਲੇ ਹੋ ਗਏ ਕਰੀ ਵੀਰ ਜੀ ਹੋਣੀ, ਅਤੇ ਕਾਫੀ ਦਿਨਾਂ ਬਾਅਦ ਅੱਜ ਮਾਲ ਵੀਰ ਜੀ ਉਹਨਾਂ ਨੇ ਲਿਆਂਦਾ ਹੈ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ, ਠੀਕ ਠਾਕ ਜੇ? ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਵੀਰ ਜੀ? ਸਭ ਵਧੀਆ ਜੀ, ਅਤੇ ਲਾ ਲਏ ਫਿਰ ਸੀਜ਼ਨ ਸਾਰੇ? ਹਾਂਜੀ, ਸੀਜ਼ਨ ਲੱਗ ਗਏ ਜੀ, ਦੂਜਾ ਰੀਪਰ ਦਾ ਵੀ ਲੱਗ ਗਿਆ, ਕੰਪੈਨ ਦਾ ਵੀ ਲੱਗ ਗਿਆ। ਯਾਰ ਤੁਸੀਂ ਲੰਘਦੇ ਰਹੇ ਤੇ 4-5 ਦਿਨ ਹੋ ਗਏ ਫ੍ਰੀ ਹੋਏ ਨੂੰ ਜੀ। ਠੀਕ ਆ। ਹਾਂਜੀ ਹਾਂਜੀ, ਤੇ ਗੁੜ ਦਾ ਵੀ ਹੋ ਗਿਆ ਕੰਮ ਖਤਮ? ਫਿਰ ਗੁੜ ਦਾ ਪਹਿਲਾਂ ਹੋ ਗਿਆ, ਗੁੜ ਦਾ ਖਤਮ ਕਰਕੇ ਹਰਿਆਣੇ ਚਲ ਗਏ ਹਾਂ। ਅੱਛਾ, ਕੰਬਾਈਨ ਲੈ ਗਏ। ਠੀਕ ਆ। ਹਾਂਜੀ ਹਾਂਜੀ, ਤੇ ਹੁਣ ਫਿਰ ਕੰਮ ਫੇਰ ਸ਼ੁਰੂ ਕਰਤਾ? ਮਤਲਬ ਕਿ ਲਿਆਂਦੀਆਂ ਹੈਗਾ ਜੀ, ਸੀਜ਼ਨ ਚੱਲਦੇ ਜੋ ਉਦਾਂ ਵੇਖ ਜਾਂਦੇ ਰਹੀਆਂ ਸਿੰਗਲ ਸਿੰਗਲ। ਅੱਛਾ ਅੱਛਾ, ਅੱਜ ਫਿਰ ਆ 3 ਇਕੱਠੀਆਂ ਕੀਤੀਆਂ, ਮੈਂ ਅੱਜ ਭਾਜੀ ਨੂੰ ਯਾਦ ਕਰਨਾ, ਫਿਰ ਮੈਂ ਕਰਾਂਗੇ ਸੇਲ ਫੋਨ ਆਉਣ ਡੇ ਵੀਰਾਂ ਦੇ। ਅੱਛਾ ਅੱਛਾ, ਮੈਂ ਕਿਹਾ ਵੀ ਹੁਣ ਆਉਣ ਡੇ ਵੀਰ ਹੋਣੀ, ਫਿਰ ਬਾਅਦ ਚ ਕਰਦੇ ਗੱਲਬਾਤ। ਠੀਕ ਠੀਕ ਆ, ਚਲੋ ਨਾਮ ਦੱਸ ਦੇ ਕਰੀ। ਮੇਰਾ ਰਣਜੀਤ ਸਿੰਘ ਨਾਂ ਜੀ, ਪਿੰਡ ਡਾਲੇ ਚੱਕ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਬੋਲ ਦੇ ਕਰੀ। 9154-016-39। ਠੀਕ ਆ, ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਗੱਬਣੀ ਆ, ਇੱਥੋਂ ਹੀ ਆਪਾਂ ਕਰ ਲੈਣੀ ਆ। ਚੰਗੇ ਕੱਦ ਕਾਠ ਦੀ ਆ ਤੇ ਰੰਗ ਰੂਪ ਦੀ ਵੀ ਚੰਗੀ ਆ, ਥਾਣਾ ਬੜਾ ਪਿਆਰਾ ਲੱਗਾ ਇਹਦੇ ਕੋਲ। ਹਾਂ, ਦੇਖ ਸਕਦੇ ਚੰਗੇ ਗੈਪ ਤੇ ਥਾਣੇ, ਇੱਕੋ ਜੇ ਗੈਪ ਤੇ ਇੱਕੋ ਜੇ ਸਾਈਜ਼ ਦਾ ਥਾਣੇ, ਬਿਲਕੁਲ ਦੂਰ ਦੂਰ ਥਾਣ ਜਿਹੜਾ ਲੱਗਾ। ਤੋਰ ਦੋ ਹੈ ਕਰੀ ਨੂੰ, ਲੈ ਜਾਓ ਜੀ। ਬਾਕੀ ਹੈਗੀ ਵੀ ਥੋੜ੍ਹੀ ਕਰੋਸ 'ਚ ਹੀ ਆ, ਗਰਮੀ ਦੀ ਐਡੀ ਕੋਈ ਪਰਵਾਹ ਨਹੀਂ ਹੋਣੀ, ਅਤੇ ਕੱਦ ਕਾਠ ਪੱਖੋਂ ਜਵਾਨ ਆ ਜਿਹੜੀ ਪੂਰੀ, ਅਤੇ ਥੱਲੇ ਹਤੀਲਾ ਢੁੱਲਾ ਹਵਾਨੇ 'ਚ ਕਾਫੀ ਆ ਜੀ। ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗੀ? ਵੀਰ ਜੀ ਇਹਦੀ ਗਰੰਟੀ ਜੇ 22 ਕਿਲੋ ਦੀ ਪੂਰੀ, ਉਹ ਕਹਿੰਦੇ ਕਿ ਨਾ 22 ਕਿਲੋ ਦੁੱਧ ਪਲੱਸ ਜਾਏਗੀ ਸਾਡੇ ਕਿੱਲੇ ਦੇ ਬੰਦੇ ਵਿੱਚ। ਬਾਕੀ ਚਲੋ ਗਰਮੀ ਆ ਆਪਣੀ, ਕੋਈ ਸਾਹਮ ਦੇ ਹਿਸਾਬ ਨਾਲ ਗੱਬਨ ਪੁੱਛੋ ਦਾ ਚਲੋ ਅੰਦਾਜ਼ਾ ਹੀ ਹੁੰਦਾ। ਹਾਂਜੀ ਹਾਂਜੀ, ਸੇਵਾ ਕਰੇਗਾ ਤੇ ਦੁੱਧ ਕੋਈ ਸਾਹਮ ਕਰ ਲੂਗਾ ਤੇ 22 ਲੀਟਰ ਚੋੜੂਗਾ। ਪੂਰੀ ਠੰਡੀ ਆ। ਹਾਂਜੀ, ਢਿੱਲਾ ਵੀ ਕਾਫੀ ਆ ਜੇ ਦੇਖੋ। ਠੀਕ ਆ। ਹਾਂਜੀ, ਥੋੜੀ 1 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਆ, 5 ਕਿਲੇ ਲੱਗ ਜਾਗੇ ਤੁਹਾਨੂੰ। ਠੀਕ ਆ। ਤੇ ਕਿੰਨਾ ਇਹਦਾ ਫਿਰ ਮੁੱਲ? ਇਹਦਾ ਵੀਰ ਜੀ ਮੁੱਲ 65,000 ਆ। 65,000 ਆ। ਹਾਂਜੀ, ਵਿੱਚੋਂ ਕਰਨਾ ਮਨ ਤਾਂ? ਹਾਂਜੀ ਕਰਾਂਗੇ ਜ਼ਰੂਰ ਵੀਰ, ਫੋਨ ਕਰਨਗੇ। ਚਲੋ ਮੌਕੇ ਤੇ ਕਰ ਦਿਓ ਨਾ, ਕੋਈ ਫੋਨ ਲਾਵੇ ਇੱਕ ਵਾਰੀ ਵਾਵਾ ਦਿਨ। ਤੁਹਾਨੂੰ ਪਤਾ ਕਰਨਾ ਪੈਂਦਾ ਭੈਣ ਭਰਾ ਦਾ। ਹਾਂਜੀ ਹਾਂਜੀ, ਇਹ ਆ ਕਿ ਵਾਵਾ ਦਿਨਾਂ ਬਾਅਦ ਵੀਡੀਓ ਬਣਾਉਂਦੇ ਆ, ਖਾਲੀ ਨਾ ਮੋੜਿਓ ਕਿਸੇ ਨੂੰ। ਨਹੀਂ ਨਹੀਂ, ਠੀਕ ਆ, ਤੁਹਾਨੂੰ ਪਤਾ ਹੀ ਆਪਣਾ। ਹਾਂਜੀ ਹਾਂਜੀ, ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ, ਚਿੱਟੇ ਰੰਗ ਦੀ ਵੈੜ ਆ ਤੇ ਸਿੰਘੇ ਤੇ ਹੈਗੇ, ਸਿੰਘੇ ਵੀ ਚਿੱਟੇ ਰੰਗ ਦੇ ਹੀ ਆ। ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੋਈ ਨੂੰ? ਵੀਰ ਜੀ ਇਹਨੂੰ 10 ਦਿਨ ਹੋ ਗਿਆ, ਬੱਚਾ ਜਿਹਾ ਪਰਲਾ। ਅੱਛਾ, ਆਹ ਵਾਲਾ ਬੱਚਾ ਜਿਹੜਾ, ਤੇ ਕਿੰਨਾ ਦੁੱਧ ਤਿਆਰ ਜੇ ਇਹਦੇ ਕੋਲ? ਇਹਦੇ ਕੋਲ ਵੀਰ ਜੀ ਜਿਹੜਾ ਕੰਡੇ ਵਾਲਾ ਦੁੱਧ ਠੰਡਾ ਕਰਕੇ 10 ਕਿਲੋ ਤਿਆਰ ਆ। ਤਿਆਰ ਬਿਲਕੁਲ, ਜਿਹੜਾ ਬੱਚਾ ਉਹ ਵੱਖਰਾ ਪੀਂਦਾ। ਅੱਛਾ, ਹਾਂਜੀ, ਬੱਚੇ ਦਾ ਕੱਢ ਕੇ ਜਿਹੜਾ 10 ਲੀਟਰ ਹੈ, ਜਿਹੜਾ ਤੁਸੀਂ ਚਵਾਈ ਕਰਦੇ ਜੀ ਆਪ? ਠੀਕ ਆ, ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਵੀਰ ਜੀ? ਚਾਹੋਗੇ 15 ਕੁ ਤੱਕ ਚੱਲ ਜਾਏਗੀ। ਅੱਛਾ, ਚੱਲ ਜੂ 15 ਤੱਕ। ਹਾਂਜੀ ਹਾਂਜੀ, ਤੋਰੋ ਹਾਂ ਇੱਕ ਵਾਰੀ ਫਿਰ। ਹਾਂਜੀ ਹਾਂਜੀ, ਬਾਕੀ ਰੰਗ ਰੂਪ ਦੀ ਚੰਗੀ ਆ, ਤੇ ਕਿਸੇ ਵੀਰ ਨੇ ਸਿੰਘ ਨਹੀਂ ਦਿਖਾਏ ਬਸ। ਬਾਕੀ ਜੇ ਵੀਡੀਓ ਬਣਾਉਣ ਦਾ ਟਾਈਮ ਹੀ ਆਪਣਾ ਜਿਹੜਾ ਵਾ 10 ਕੁ ਵਜੇ ਦਾ ਵਾ,
ਕੋਈ ਵੀ ਰੋਸਾ ਹੋਣਾ ਹੋਵਾ ਨਾ ਅੰਦਾਜ਼ੇ ਲਾਵੇ। ਬਾਕੀ ਉਤਰਾ ਰੰਗ ਰੂਪ ਦੀ ਕਾਫੀ ਚੰਗੀ ਆ, ਪੂਰੀ ਚਿੱਟੇ ਰੰਗ ਦੀ ਵੈਰ ਆ ਜਿਹੜੀ। ਅਤੇ ਕਿੰਨਾ ਵੀਰ ਜੀ ਫਿਰ ਇਹਦਾ ਮੁੱਲ ਰੱਖ ਦਈਏ ਆਪਾਂ, ਥਾਣੇ 'ਤੇ ਵੀ ਦੇਖ ਸਕਦੇ ਇੱਕ ਨੂੰ ਕਿੰਨੇ ਦੀ ਦੇ ਦਈਏ ਵੀਰ ਜੀ? 40,000 'ਚੋਂ ਫੁੱਲ ਮਾਨ ਤਨ ਕੇ ਪਰਚੀ ਦਵਾਂਗੇ। ਅੱਛਾ, ਪੂਰਾ ਖੁੱਲ੍ਹਾ ਮਾਨ ਤਨ ਕਰੋਗੇ ਕਿ 40,000 'ਚੋਂ? ਕੋਈ ਫੋਨ ਲਾਵੇ ਇੱਕ ਵਾਰੀ, ਬਸ ਇਹ ਹੈ ਕਿ ਜਿਹੜੀਆਂ ਅੱਜ ਵਿਖਾਉਂਦੇ ਹਾਂ ਬਸ ਕੋਈ ਫੋਨ ਲਾਵੇ, ਮਾਨ ਤਨ 'ਤੇ ਆਪੇ ਮੌਕੇ 'ਤੇ ਹੋ ਹੀ ਜਾਣਗੇ। ਅੱਜ ਪਹਿਲੀ ਵੀਡੀਓ ਪਾਈ ਸੀ, ਜਿਸ ਤੋਂ ਬਾਅਦ 'ਚ ਆਪਾਂ ਫੁੱਲ ਮਾਨ ਤਨ 'ਤੇ ਮਾਲ ਦੇਵਾਂਗੇ। ਠੀਕ ਆ, ਇਹ ਹੈ ਕਿ ਚਲੋ ਕੋਈ ਵੀਰ ਵੀ ਗਾਵਾਂ ਦੇ ਹਿਸਾਬ ਨਾਲ ਮੁੱਲ ਲਾਵੇ। ਹੁਣ ਜਿਹੜੀ ਇਹ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ, ਉਹਦੀ ਵੀ ਹਾਈਟ ਜਿਹੜੀ ਵੀਰ ਜੀ ਉਹਨਾਂ ਦੀ ਹਾਈਟ ਦੇ ਬਰਾਬਰ ਹੀ ਆਉਂਦੀ ਆ, ਚੰਗੇ ਉੱਤੇ ਕੱਦ ਕਾਟਦੀ ਹੈ ਵੀ, ਥਾਣੇ 'ਤੇ ਵੀ ਦੇਖ ਸਕਦੇ ਲਾਗੇ ਤਾਂ। ਅਤੇ ਇਹ ਬੱਚੇ ਤੋਂ ਬਿਨਾਂ ਹੀ ਜੇ ਵੀਰ ਜੀ? ਹਾਂਜੀ ਵੀਰ ਜੀ, ਇਹ ਬੱਚੇ ਤੋਂ ਬਿਨਾਂ। ਇਹਦੇ ਕੋਲ ਕਿੰਨਾ ਹੀ ਦੁੱਧ? ਇਹਦੇ ਵੀਰ ਜੀ ਮਤਲਬ ਕਿ ਡਿਟੇਲ ਇਹਦੀ ਹੈ ਵੀ ਇਹਨੂੰ ਸੂਈ ਨੂੰ ਅਜੇ 2 ਮਹੀਨੇ ਤੋਂ ਅੰਦਰ ਹੀ ਹੋਇਆ। ਅੱਛਾ, ਸਿਰਫ ਬੱਚਾ ਮਰਿਆ। ਅੱਛਾ ਹਾਂਜੀ, 9 ਕਿਲੋ ਦੁੱਧ ਆ। ਅੱਛਾ, 8 ਦੀ ਪੂਰੀ ਫੁੱਲ ਗਰੰਟੀ ਦੇਵਾਂਗੇ। ਠੀਕ ਆ, ਤੇ ਕੋਈ ਮਤਲਬ ਕਿ ਇਹਨੂੰ ਭਾੜਾ ਵੀ ਨਹੀਂ ਪਾਉਣ ਦੀ ਲੋੜ। ਅੱਛਾ, ਤੇ ਬੱਚੇ ਦੇ ਤੇ ਚਲੋ ਬੱਚਾ ਤੇ ਗਿਆ ਹੀ ਆ, ਤੇ ਨਾ ਰੱਸੀ ਪਾਉਣ ਦੀ ਲੋੜ, ਕੋਈ ਰੱਸੀ ਵੀ ਨਹੀਂ, ਭਾੜਾ ਵੀ ਨਹੀਂ, ਇੱਕ ਫੜ ਕੇ ਇਹਨੂੰ ਚੋਰਨਾ ਤੋਰ ਤੋਂ ਫਿਰ ਇਹਨਾਂ। 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਪੱਕਾ ਹੈਗਾ ਇਹਦੇ ਕੋਲ। ਬਾਕੀ ਬੇਨਤੀ ਫਿਰ ਆਪਾਂ ਕਰ ਦਿੰਦੇ ਹਾਂ ਕਿ ਅਜੇ 10 ਵਜੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਹਾਂ, ਕੋਈ ਵੀਰ ਉਸ ਹਿਸਾਬ ਨਾਲ ਹਵਾਨੇ ਦਾ ਅੰਦਾਜ਼ਾ ਲਾਵੇ। ਲੈ ਜਾਓ, ਬਾਕੀ ਰੰਗ ਰੂਪ ਦੀ ਸੋਹਣੀ ਹੈ ਵੀ, ਅਤੇ ਬਾਕੀ ਕੋਈ ਫੋਨ ਲਾਵੇ ਇੱਕ ਵਾਰੀ, ਮਾਨ ਤਾਨ ਸਾਰੀਆਂ 'ਚ ਹੋਣਗੇ। ਤੇ ਕਿੰਨਾ ਵੀਰ ਜੀ ਇਹਦਾ ਮੁੱਲ ਫਿਰ? ਇਹਦਾ ਵੀਰ ਜੀ ਜਾਇਜ਼ ਹੈ ਬਿਲਕੁਲ, 25,000 'ਚ ਛੋਟ ਛਾਪਾ ਕਰਾਂਗੇ। ਅੱਛਾ, 25,000 'ਚ ਮਤਲਬ ਕਿ ਇਹਦਾ 30 ਨਹੀਂ ਕਰਨਾ, 35 ਨਹੀਂ ਕਰਨਾ, 25 'ਚ ਛੋਟ ਛਾਪਾ ਕਰਾਂਗੇ। ਠੀਕ ਆ, ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਜਵੀਰਾਂ ਨੂੰ ਇਹ ਬੇਨਤੀ ਹੈ ਵੀ ਆਣ ਕੇ ਤਸੱਲੀ ਕਰਕੇ ਚੋ ਕੇ, ਹਾਂਜੀ ਲਾ ਕੇ ਆ ਪੂਰੀ ਤਸੱਲੀ ਕਰਕੇ ਆਪਣੇ ਕੰਨ। ਠੀਕ ਹੈ ਜੀ, ਹਾਂਜੀ, ਗਰੰਟੀਆਂ ਫੁੱਲ ਮਿਲਣਗੀਆਂ। ਇਹਦਾ ਵੀ ਖਾਣ ਕੋਈ ਇੱਕ ਤੁਪਕੇ ਦਾ ਵੱਧ ਘੱਟ ਵੀ ਹੋਏ, ਮੇਰੀ ਜ਼ਿੰਮੇਵਾਰੀ ਹੈ। ਠੀਕ ਆ, ਉਹ ਵੀ ਬੱਚੀ ਜਿਹੜੀ ਗੱਭਣ ਹੈ ਉਹਦਾ ਵੀ ਬਿਲਕੁਲ ਬਿਲਕੁਲ ਓਕੇ। ਠੀਕ ਹੈ ਜੀ, ਹਾਂਜੀ, ਆਹ ਜਿਹੜੀ ਹੈ ਆਪਣੀ ਮਰਜ਼ੀ ਦਾ ਕੋਈ ਆਈ ਵੀਰ ਚੋ ਕੇ ਕਰ ਸਕਦਾ। ਠੀਕ ਹੈ, ਨਾ ਵੀ ਚੋਵੇ ਤਾਂ ਗਰੰਟੀ ਦੁੱਧ ਹੀ ਫੁੱਲ ਹੈ। ਠੀਕ ਹੈ, ਠੀਕ ਹੈ ਵੀਰ ਜੀ, ਬਾਕੀ ਕੋਈ ਵੀਰ ਇੱਥੇ ਆਪਣੀ ਸਮਝਣਾ, ਵੇਖ ਚਾਹ ਕੇ ਤਸੱਲੀ ਕਰਕੇ ਹੀ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।